ਇਸੇ ਸਿਰਫ 18 ਤੋਂ 18 ਦੀ ਪਾਲਿਸੀ ਦੇ ਅਗੇਂਸਟ ਕੰਮ ਕਰੋ ਨਾ ਕਿ ਜਿਹੜੇ ਕਲੋਨਾਈਜ਼ਰਾਂ ਨੇ ਸਰਕਾਰ ਦੇ ਉਲਟ ਜਾ ਕੇ ਪਪਰਾ ਐਕਟ ਨੂੰ ਜਿਹੜਾ ਇਹਨਾਂ ਨੇ ਲਾਅਸ ਕੀਤਾ ਜਾਂ ਪਪਰਾ ਐਕਟ ਦੇ ਵਿੱਚ ਜਾ ਕੇ ਇਹਨਾਂ ਨੇ ਗਲਤ ਇਲੀਗਲ ਕਲੋਨੀਆਂ ਕੱਟੀਆਂ ਜੋ ਕਿ ਇੱਕ ਕ੍ਰਾਈਮ ਹੈ ਜਦ ਸਰਕਾਰ ਨੇ ਇਹਨਾਂ ਨੂੰ 18 ਤੋਂ 18 ਪਾਲਿਸੀ ਵਿੱਚ ਕਿਹਾ ਸੀਗਾ ਵੀ ਕੰਮ ਕਰਾ ਲਓ ਫਿਰ ਇਹਨਾਂ ਨੇ 18 ਤੋਂ 10 18 ਤੋਂ ਬਾਅਦ ਦੀਆਂ ਕਲੋਨੀਆਂ ਕਿੱਦਾਂ ਕੱਟੀਆਂ ਗਈਆਂ ਸਾਡੀਆਂ ਸਰਕਾਰਾਂ ਦੇ ਕੁਝ ਇਹੋ ਜਿਹੇ ਮੰਤਰੀ ਸੰਤਰੀ ਜਿਨ੍ਹਾਂ ਦਾ 2 ਨੰਬਰ ਦਾ ਰੁਪਈਆ ਇਹ ਕੁਝ ਕਲੋਨਾਈਜ਼ਰ ਚੜੇ ਆ ਗਏ ਨੇ ਇੱਕ ਪਾਉਂਦੇ ਨੇ ਸਰਕਾਰੀ ਅਫਸਰਾਂ ਦਾ ਜਿਹੜਾ ਜਾਇਜ ਨੇ ਜ ਰੁਪਈਆ ਉਹਨੂੰ ਖਪਾਉਂਦੇ ਨੇ ਇਹ ਕੋਈ ਖੰਡ ਦਾ ਘਡੋਣਾ ਤਾਂ ਹੈ ਨਹੀਂ ਵੀ ਮੂੰਹ ਚ ਪਾ ਲਿਆ ਤੇ ਪਤਾ ਨਹੀਂ ਲੱਗਿਆ ਸ਼ਰਿਆ ਆਮ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਵੀ ਜਦ ਅਨਲੀਗਲ ਕਲੋਨੀ ਕੱਟੀ ਗਈ ਸੀਗੀ ਆਨ ਦੀ ਸਪੋਰਟ ਉਸ ਕਲੋਨੀ ਨੂੰ ਟਾ ਦੇਣਾ ਚਾਹੀਦਾ ਸੀਗਾ ਜੇ 10 ਕਲੋਨੀਆਂ ਢਾਹ ਦਿੰਦੇ ਤੇ 11ਵੀਂ ਵਾਲੇ ਦੀ ਹਿੰਮਤ ਨਹੀਂ ਸੀ ਪੈਣੀ ਤੇ ਇਨਲੀਗਲ ਕਲੋਨੀਓ ਕੱਟ ਜਾਂਦਾ ਲੁਧਿਆਣੇ ਦੇ ਵਿੱਚ ਜਿੰਨੀਆਂ ਰੈਗੂਲਰਾਈਜ਼ ਕਲੋਨੀਆਂ ਕੱਟੀਆਂ ਗਈਆਂ ਨੇ ਟੋਟਲੀ ਫੇਲ ਹੋਈਆਂ ਨੇ ਇੱਕ ਵੀ ਕੋਈ ਕਾਮਯਾਬ ਦਿਖਾ ਦਿਓ ਮੈਨੂੰ ਵੀ ਕਲੋਨੀ ਜੇ ਕਾਮਯਾਬ ਹੋਈ ਹੋਵੇ ਤਾਂ ਔਰ ਜਿਹੜੀਆਂ ਇਨਲੀਗਲ ਕਲੋਨੀਆਂ ਕੱਟੀਆਂ ਹੋਈਆਂ ਨੇ ਉਹ ਦਿਨੋਂ ਦਿਨੀ ਕਿਸ ਤੁਸੀਂ ਦੇਖੋ ਕੋਈ ਬੰਦਾ ਕੱਪੜੇ ਦਾ ਵਪਾਰੀ ਐ ਉਹ ਕੋਲੋਨਾਈਜ਼ਰ ਬਣ ਗਿਆ ਕੋਈ ਟਰੈਕਟਰ ਪਾਰਡ ਦਾ ਕੰਮ ਕਰਦਾ ਉਹ ਕੋਲੋਨਾਈਜ਼ਰ ਬਣ ਗਿਆ ਕਿਉਂਕਿ ਇਹਦੇ ਵਿੱਚ ਧੰਦਲੀ ਬਹੁਤ ਤਕੜੀ ਆ ਵੀ ਸਰਕਾਰ ਨੂੰ ਚੂਨਾ ਕਰੋੜਾਂ ਰੁਪਈਆਂ ਦਾ ਲੱਗਦਾ ਤੇ ਜੇਕਰ ਤੁਸੀਂ ਕਹੋਗੇ ਵੀ ਨਹੀਂ ਜੀ ਅਸੀਂ ਤਾਂ ਜਾ ਕੇ ਹੁਣ ਸਾਨੂੰ 22 ਤੱਕ ਹੀ ਕਰ ਦਿਓ ਅਜੇ ਤਾਂ ਜਿੰਨਾਂ ਲੋਕਾਂ ਨੇ ਛੜਕਾ ਨਹੀਂ ਪਾਈਆਂ ਅਸੀਂ ਉਹਨਾਂ ਦੀ ਵੀ ਡਿਮਾਂਡ ਕਰੀ ਜਾਂਦੇ ਵੀ ਇਹ ਵੀ ਪਾਸ ਕਰ ਦਿਓ ਲੱਗਦੇ ਹਤ ਫਿਰ ਮੈਂ ਬੇਨਤੀ ਕਰਦਾ ਵਾਂ ਵੀ ਮੈਂ ਇਹ ਜਿਹੜਾ ਤੁਸੀਂ ਚੁੱਕਿਆ ਹੋਇਆ ਵਾ ਕੰਮ ਇਹਦੇ ਅਗੇਂਸਟ ਜਾ ਕੇ ਹਾਈ ਕੋਰਟ ਦੇ ਵਿੱਚ ਇਸ ਚੀਜ਼ ਨੂੰ ਚੈਲੰਜ ਕਰੂੰਗਾ ਅੱਜ ਤੋਂ ਕੁਝ ਦਿਨ ਪਹਿਲਾਂ 147 ਕਲੋਨੀਆਂ ਜਿਹੜੀਆਂ ਹੈਗੀਆਂ ਗਲਾਡਾ ਵੱਲੋਂ ਰਿਜੈਕਟ ਕੀਤੀਆਂ ਗਈਆਂ ਨੇ ਠੀਕ ਹੈ ਉਸ ਕਲੋਨੀਆਂ ਦੇ ਵਿੱਚ ਇੱਕ ਵੀ ਕਿਸੇ ਪੰਜਾਬ ਪ੍ਰਧਾਨ ਦੀ ਜਾਂ ਜ਼ਿਲ੍ਹਾ ਪ੍ਰਧਾਨ ਦੀ ਕਲੋਨੀ ਰਿਜੈਕਟ ਨਹੀਂ ਹੋਈ ਜੋ ਕਿ ਮਾਸਟਰ ਪਲਾਨ ਦੇ ਅਕੋਰਡਿੰਗ ਉਲਟ ਬਣੀਆਂ ਹੋਈਆਂ ਨੇ ਇਹ ਦੇ ਮੰਨ ਲਓ ਇੱਕ ਕਲੋਨੀ ਦੇ ਵਿੱਚ ਇਹਨਾਂ ਨੇ ਵਿਲੇ ਬਣਾਤੇ 100 ਵਿਲਾ ਬਣਾਤਾ 100 ਵਿਲਾ ਬਣਾਉਂਦੇ ਨਕਸ਼ੇ ਦੇ ਵਿੱਚ ਤੇ ਇਹਨਾਂ ਨੇ ਦਿਖਾ ਦਿੱਤਾ ਵੀ ਇੱਥੇ ਟਿਊਬਵਲ ਲਾ ਦਿੱਤਾ ਜੀ ਇੱਥੇ ਐਸਟੀਪੀ ਲਾ ਦਿੱਤਾ ਪਰ ਉਹਦੇ ਵਿੱਚ ਕੀ ਕੀਤਾ ਜੇ 100 ਕੋਠੀ ਬਣੀ ਆ ਨਾ ਜੀ ਤੇ 100 ਕੋਠੀ ਦੇ ਵਿੱਚ 100 ਹੀ ਸਮਰਸੀਬਲ ਆਤਾ ਆ ਜਿਹੜੇ ਮਹਿਕਮਾ ਕਹਿ ਰਿਹਾ ਵੀ ਅਸੀਂ ਕਿਸੇ ਵੀ ਕਲੋਨੀ ਨੂੰ ਕੋਈ ਸਮਰਸੀਬਲ ਕਰਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਇਹ ਸਹੀ ਹੈਗਾ ਨੇ ਲੰਬਾ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਸ ਕੈਮਰਾ ਦੇ ਥਰੂ ਕਿ 14000 ਕਲੋਨੀਆਂ ਕੱਟੀਆਂ ਗਈਆਂ ਨੇ 18 ਤੋਂ ਬਾਅਦ ਤੇ ਮੈਂ ਬੇਨਤੀ ਕਰਦਾ ਵਾ ਜੇ 18 ਤੋਂ ਬਾਅਦ 14000 ਕਲੋਨੀਆਂ ਕੱਟੀਆਂ ਨੇ ਇਹ 14000 ਦੇ 14000 ਬੰਦੇ ਕੀ ਉਹ ਸਹੀ ਨੇ ਜਨ ਹਿਤਾਸ਼ੀ ਟੀਆਰਪੀ ਨਹੀਂ ਖਰੀਦਦੇ ਫਰੋਸਾ ਜਿੱਤੇ ਹਨ ਸਤਿ ਸ਼ਕਾਲ ਮੈਂ ਸੰਦੀਪ ਸ਼ਰਮਾਈ ਕੋਰੀ ਫੇਟ ਤੋੜਨਾ ਰੂਬਰੂ ਹੋ ਰਹੇ ਹਾਂ ਸੋ ਦੋਸਤੋ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਰੀਅਲ ਅਸਟੇਟ ਤੇ ਜਿਹੜੇ ਡਿਵੈਲਪਰਸ ਵੱਲੋਂ ਇੱਕ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਸਰਕਾਰ ਦੀ ਪਾਲਿਸੀਆਂ ਦੇਗਾ ਖਿਲਾਫ ਗਲਤ ਨੀਤੀਆਂ ਦੇ ਅਗੇਂਸਟ ਕਿਹਾ ਜਾ ਰਿਹਾ ਕਿ ਜਿਹੜੀ ਐਨਓਸੀਆਂ ਨਹੀਂ ਮਿਲ ਰਹੀ ਪਲਾਟਾਂ ਦੀਆਂ ਬੰਦ ਹੈਗੀਆਂ ਜਾਂ ਹੋਰ ਕਲੈਕਟਰ ਰੇਟ ਵਧਾ ਦਿੱਤੇ ਗਏ ਹੋਰ ਵੀ ਕਈ ਤਰ੍ਹਾਂ ਦੀ ਪਾਲਿਸੀਆਂ ਹੈਗੀਆਂ ਇੱਕ ਪੰਜਾਬ ਕਲੋਨਾਈਜ਼ਰ ਦੀ ਜਿਹੜੀ ਪਾਲਿਸੀ ਮੰਗੀ ਜਾ ਰਹੀ ਹੈ ਜਿੱਥੇ ਸਰਕਾਰ ਦੇ ਖਿਲਾਫ ਲਾਂਬੰਦ ਹੋ ਰਿਹਾ ਕਲੋਨਾਈਜ਼ਰ ਤੇ ਜਿਹੜੇ ਡਿਵੈਲਪਰਸ ਹੈਗੇ ਪੰਜਾਬ ਭਰ ਦੇ ਹੁਣ ਉੱਥੇ ਹੀ RTI ਐਕਟਿਵਿਸਟਾਂ ਨੇ ਇਸ ਜਿਹੜੇ ਕਾਰੋਬਾਰੀਆਂ ਦੇ ਇਸ ਫੈਸਲੇ ਦੇ ਅਗੇਂਸਟ ਮਾਨਨਯੀ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਉਣ ਦੀ ਧਮਕੀ ਦੇ ਦਿੱਤੀ ਹੈ ਸੋ ਇਹ ਸਾਰੀ ਧਮਕੀ RTI ਐਕਟਿਵਿਸਟ ਰਸ਼ਪਾਲ ਸਿੰਘ ਗਾਬੜੀਆ ਜੀ ਨੇ ਦਿੱਤੀ ਹੈ ਸੋ ਜਾਣਦੇ ਬਹੁਤ ਸਾਰੇ ਸਵਾਲਾਂ ਦੇ ਨਾਲ ਕਿਉਂ ਕਾਰੋਬਾਰੀਆਂ ਦੇ ਅਗੇਂਸਟ ਖੜੇ ਹੋ ਰਹੇ ਹੈ ਕੀ ਮਾਮਲਾ ਸਤਿ ਸ਼ਕਾਲ ਸਰ ਸਤਿ ਸ਼ਕਾਲ ਸਰ ਜੀ ਸਰ ਇੱਕ ਕੀ ਮਾਮਲਾ ਕੀ ਐਸੀ ਸੁਣ ਰਹੇ ਆ ਕਿ ਤੁਸੀਂ ਕਹਿ ਦਿੱਤਾ ਹੈ ਕਿ ਜਿੱਥੇ ਕਾਰੋਬਾਰੀ ਇਕੱਠੇ ਹੋ ਰਿਹਾ ਸਰਕਾਰ ਤੋਂ ਇੱਕ ਆਪਣੇ ਹੱਕ ਦੀ ਲੜਾਈ ਲੜ ਰਿਹਾ ਤੁਸੀਂ ਉਹਨਾਂ ਦੇ ਅਗੇਂਸਟ ਹੀ ਮੰਨਣੀ ਹੈ ਕੋਰਟ 'ਚ ਜਾ ਰਹੇ ਹੋ ਨਹੀਂ ਮੈਂ ਤਾਂ ਦੇਖੋ ਇਹਨਾਂ ਦੇ ਬਰ ਖਿਲਾਫ ਨਹੀਂ ਕਿਤੇ ਵੀ ਜਾ ਰਿਹਾ ਹੈਗਾ ਤੁਸੀਂ ਮੈਂ ਦੇਖੋ ਜੀ ਮੈਂ ਤਾਂ ਇਹ ਗੱਲ ਕਹਿ ਰਿਹਾ ਹੈਗਾ ਵੀ ਜਦੋਂ 18 ਦਾ 18 ਦੀ ਪਾਲਿਸੀ ਆਈ ਸੀਗੀ ਤੇ 18 ਦਾ 1800 ਪਹਿਲਾਂ ਦੀ ਗੱਲ ਕਰਨੀ ਹੈ ਨਾ ਅਸੀਂ ਤੇ 18 ਦਾ 18 ਤੋਂ ਬਾਅਦ ਵਾਲੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਨਾਲ ਲਾ ਲਿਆ ਠੀਕ ਹੈ ਇੱਕ ਹੀ ਹੈਗਾ ਵੀ ਜਿਹੜੇ ਇਹਨਾਂ ਦੇ ਮੈਂ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕਰਦਾ ਵੀ ਪ੍ਰਧਾਨ ਸਾਹਿਬ ਜਿਹੜੀ ਤੁਸੀਂ ਗੱਲ ਕਰਨੀਆਂ ਜਿਹੜੇ ਕਲੋਨਾਈਜ਼ਰਾਂ ਤੁਹਾਨੂੰ ਪ੍ਰਧਾਨ ਬਣਾਇਆ ਸਰਕਾਰ ਵੱਲੋਂ ਰਜਿਸਟਰਡ ਹੋਏ ਹੋ ਤੁਸੀਂ ਇਹ ਕਲੋਨਾਈਜ਼ਰਾਂ ਦੇ ਐਸੋਸੀਏਸ਼ਨ ਇਹ ਸਿਰਫ ਔਰ ਸਿਰਫ 18 10 18 ਦੀ ਪਾਲਿਸੀ ਦੇ ਅਗੇਂਸਟ ਕੰਮ ਕਰੋ ਨਾ ਕਿ ਜਿਹੜੇ ਕਲੋਨਾਈਜ਼ਰਾਂ ਨੇ ਸਰਕਾਰ ਦੇ ਉਲਟ ਜਾ ਕੇ ਪਪਰਾ ਐਕਟ ਨੂੰ ਜਿਹੜਾ ਇਹਨਾਂ ਨੇ ਲਾਅਸ ਕੀਤਾ ਜਾਂ ਪਪਰਾ ਐਕਟ ਦੇ ਵਿੱਚ ਜਾ ਕੇ ਇਹਨਾਂ ਨੇ ਗਲਤ ਇਨਲੀਗਲ ਕਲੋਨੀਆਂ ਕੱਟੀਆਂ ਜੋ ਕਿ ਇੱਕ ਕ੍ਰਾਈਮ ਹੈ ਜਦ ਸਰਕਾਰ ਨੇ ਇਹਨਾਂ ਨੂੰ 18 ਤੋਂ 18 ਪਾਲਿਸੀ ਦੇ ਚ ਕਿਹਾ ਸੀਗਾ ਵੀ ਕੰਮ ਕਰਾ ਲਓ ਫਿਰ ਇਹਨਾਂ ਨੇ 18 ਤੋਂ 10 18 ਤੋਂ ਬਾਅਦ ਦੀਆਂ ਕਲੋਨੀਆਂ ਕਿਦਾਂ ਘਟੀਆਂ ਗਈਆਂ ਇਸ ਗੱਲ ਦਾ ਸੰਦੀਪ ਜੀ ਜਵਾਬ ਚਾਹੀਦਾ ਵੀ ਦੱਸੋ ਕਿੱਦਾਂ ਕੱਟਤੀਆਂ ਕਲੋਨੀਆਂ ਪਰ ਮੈਂ ਗੱਲ ਤੁਹਾਡੀ ਬਿਲਕੁਲ ਠੀਕ ਹੈ ਚਲੋ ਕਿਤੇ ਗਲਤੀ ਹੋਈ ਹੈ ਪਰ ਉਹ ਕਿਹੜਾ ਗਲਤੀ ਇਕੱਲੇ ਕਲੋਨਾਈਜ਼ਰਾਂ ਨੇ ਕੀਤੀ ਹੈ ਗਲਤੀ ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਵੀ ਤਾਂ ਸ਼ਾਮਲ ਹੋਣਗੇ ਐ ਤਾਂ ਹੈ ਨਹੀਂ ਕਿ ਕਲੋਨੀ ਕਿਸੇ ਕਮਰੇ ਚ ਬਹਿ ਕੇ ਕੱਟਤੀ ਤੇ ਆਪਾਂ ਕਹਿ ਦਈਏ ਜੇ ਮੈਂ ਕਹਿੰਨਾ ਜੇ ਕਿਤੇ ਕਲੋਨਾਈਜ਼ਰ ਕਾਰੋਬਾਰੀ ਦੋਸ਼ੀ ਹੈ ਤੇ ਦੋਸ਼ੀ ਦਾ ਬਰਾਬਰ ਤੇ ਸਰਕਾਰੀ ਮੁਲਾਜ਼ਮ ਵੀ ਹੈ ਕੋਈ ਕਮਰੇ ਚ ਬਹਿ ਕੇ ਰਾਤੋਂ ਰਾਤ ਤਾਂ ਕਲੋਨੀਆਂ ਕਟੀਆਂ ਨਹੀਂ ਗਈਆਂ ਮੈਂ ਸੰਦੀਪ ਜੀ ਤੇ ਤੁਹਾਨੂੰ ਦੱਸਦਾ ਵਾਂ ਤੇ ਇਹਦੇ ਵਿੱਚ ਕੱਲੇ ਮੁਲਾਜ਼ਮ ਨਹੀਂ ਇਹਦੇ ਵਿੱਚ ਸਾਡੀਆਂ ਸਰਕਾਰਾਂ ਵੀ ਗੁਨਾਹਗਾਰ ਨੇ ਸਾਡੀਆਂ ਸਰਕਾਰਾਂ ਦੇ ਕੁਝ ਇਹੋ ਜਿਹੇ ਮੰਤਰੀ ਸੰਤਰੀ ਜਿਨ੍ਹਾਂ ਦਾ 2 ਨੰਬਰ ਦਾ ਰੁਪਈਆ ਇਹ ਕੁਝ ਕੋਲੋਨਾਈਜ਼ਰ ਜਿਹੜੇ ਹੈਗੇ ਨੇ 익 ਖਪਾਉਂਦੇ ਨੇ ਸਰਕਾਰੀ ਅਫਸਰਾਂ ਦਾ ਜਿਹੜਾ ਜਾਇਜ ਨੇ ਰੁਪਈਆ ਉਹਨੂੰ ਖਪਾਉਂਦੇ ਨੇ ਠੀਕ ਹੈ ਨਾ ਜੀ ਇਸ ਕਰਕੇ ਕੀ ਹੈਗਾ ਵੀ ਇਨਲੀਗਲ ਕਲੋਨੀਆ ਕੱਟੀਆਂ ਜਾਂਦੀਆਂ ਇਹ ਕੋਈ ਖੰਡ ਦਾ ਖਡੋਣਾ ਤਾਂ ਹੈ ਨਹੀਂ ਵੀ ਮੂੰਹ ਚ ਪਾ ਲਿਆ ਤੋ ਪਤਾ ਨਹੀਂ ਲੱਗਿਆ ਸ਼ਰੇ ਆਮ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਹਜ਼ਾਰਾਂ ਰੁਪਈਆ ਜਿਹੜੇ ਹੈਗੇ ਨੇ ਇਹਨਾਂ ਦੇ ਐਸਜੀਓ ਜਈ ਇਹੋ ਜਿਹੜੇ ਤਨਖਾਹਾਂ ਲੈ ਰਹੇ ਨੇ ਠੀਕ ਹੈ ਉਹਨਾਂ ਨੂੰ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਕੀਤਾ ਹੈ ਨਾ ਕਹਿੰਦਾ ਪਹਿਲੀ ਗੱਲ ਤਾਂ ਇਹ ਸੀਗੀ ਵੀ ਜਦ ਇਨਲੀਗਲ ਕਲੋਨੀ ਕੱਟੀ ਗਈ ਸੀਗੀ ਔਨ ਦੀ ਸਪੋਰਟ ਉਸ ਕਲੋਨੀ ਨੂੰ ਢਾ ਦੇਣਾ ਚਾਹੀਦਾ ਸੀਗਾ ਜੇ 10 ਕਲੋਨੀਆਂ ਢਾ ਦੇਂਦੇ ਤੇ 11ਵੇਂ ਵਾਲੇ ਦੀ ਹਿੰਮਤ ਨਹੀਂ ਸੀ ਪੈਣੀ ਤੇ ਇਨਲੀਗਲ ਕਲੋਨੀਓ ਕੱਟ ਜਾਂਦਾ ਤੁਸੀਂ ਆਪ ਤਾਂ ਕਹਿ ਰਹੇ ਹੋ ਕਿ ਸਾਰਾ ਤੰਤਰ ਹੀ ਰਲਿਆ ਹੋਇਆ ਹੈ ਹੁਣ ਜੇ ਸਾਰਾ ਤੰਤਰ ਰਲਿਆ ਹੋਇਆ ਹੈ ਤੇ ਤੁਸੀਂ ਤੁਸੀਂ ਤਾਂ ਇੱਕ ਆਮ ਵਪਾਰੀ ਹੋ ਕਾਰੋਬਾਰੀ ਹੋ ਵੱਡਾ ਤੁਹਾਡਾ ਆਫਿਸ ਹੈ ਤੇ ਤੁਸੀਂ ਆਪਣੇ ਹੀ ਕਾਰੋਬਾਰੀਆਂ ਭਰਾਵਾਂ ਦੇ ਅਗੇਂਸਟ ਹੀ ਖੜ ਗਏ ਜੇ ਖੜਨਾ ਸੀ ਤੁਸੀਂ ਸਰਕਾਰ ਦੇ ਅਗੇਂਸਟ ਖੜਦੇ ਸਰਕਾਰੀ ਮੁਲਾਜ਼ਮਾਂ ਦੇ ਅਗੇਂਸਟ ਖੜਦੇ ਮਤਲਬ ਸਾਰਾ ਕਸੂਰ ਸਾਰੀ ਗਾਜ ਸਰਕਾਰਾਂ ਦਾ ਸਾਡੇ ਵਪਾਰੀਆਂ ਤੇ ਗਾਜ ਘੇਰ ਦੀਆਂ ਹੀ ਹੈ ਠੀਕ ਹੈ ਹੁਣ ਤੁਸੀਂ ਆਪਣੇ ਭਰਾ ਹੀ ਆਪਣੇ ਅਗੇਂਸਟ ਹੋਣਗੇ ਸਰ ਦੇਖੋ ਜੇਕਰ ਸ਼ਹਿਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਆਪਣੇ ਕਿਸੇ ਪ੍ਰਕਾਰ ਦਾ ਕੋਈ ਕ੍ਰਾਈਮ ਹੁੰਦਾ ਤੇ ਸਾਡਾ ਫਰਜ਼ ਬਣਦਾ ਕਿ ਚੰਗੇ ਨਾਗਰਿਕ ਹੋਣ ਦਾ ਵੀ ਉਸ ਕ੍ਰਾਈਮ ਅੱਜ ਤੁਸੀਂ ਦੇਖ ਲਓ ਕੈਨੇਡਾ ਅਮਰੀਕਾ ਕਿਤੇ ਚਲੇ ਜਾਓ ਤੁਸੀਂ ਜੇ ਤੁਹਾਡੇ ਗਵਾਂਡ ਦੇ ਵਿੱਚ ਵੀ ਕਿਤੇ ਰੌਲਾ ਪੈਂਦਾ ਹੋਵੇ ਨਾ ਤਾਂ 1 ਮਿੰਟ ਤੋਂ ਪਹਿਲਾਂ ਕੰਪਲੀਟ ਹੋ ਜਾਂਦੀ ਔਰ ਪੁਲਸ ਹੋ ਜਾਂਦੀ ਆ ਉਹ ਆਪਣੇ ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਉਂਦੇ ਨੇ ਤੇ ਕੀ ਜੇਕਰ ਅਸੀਂ ਇਸ ਚੀਜ਼ ਦੇ ਉੱਪਰ ਮੁੱਦੇ ਤੇ ਲੜਾਈ ਲੜ ਰਹੇ ਆ ਕਿ ਅਸੀਂ ਕੋਈ ਗੁਨਾਹ ਥੋੜੀ ਕਰ ਰਹੇ ਆ ਇਹ ਗੁਨਾਹ ਕਰ ਲਿਆ ਸੀ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਹੈ ਲੜਾਈ ਲੜਨੀ ਹੈ ਤੇ ਸਰਕਾਰ ਨੂੰ ਪਹਿਲਾਂ ਪਾਰਟੀ ਬਣਾਓ ਨਾ ਠੀਕ ਹੈ ਤੁਹਾਡਾ ਗੁੱਸਾ ਗਿਲਾ ਜਾਇਜ਼ ਹੈ ਮੈਂ ਨਹੀਂ ਕਹਿੰਦਾ ਸਾਡੇ ਕਾਰੋਬਾਰੀਆਂ ਤੋਂ ਹੋ ਗਈ ਗਲਤੀ ਕਿਤੇ ਨਾ ਕਿਤੇ ਕੁਛ ਤਾਂ ਹੋ ਗਈ ਪਰ ਸਰਕਾਰ ਕਿਹੜਾ ਘਟ ਹੈ ਜਿਹੜੀ ਐਨਓਸੀ ਹੈ ਨਾ 2012 13 14 15 16 17 18 ਤੁਸੀਂ 18 ਦੀ ਗੱਲ ਰਿਹਾ ਨਾ 18 ਤੱਕ ਆ ਲੈ ਨੂੰ ਕਿਹੜਾ ਪਾਲਿਸੀ ਮਿਲੀ ਹੈ ਹੁਣ ਲੜਾਈ ਤਾਂ ਹੁਣ ਲੜਾਈ ਤਾਂ ਲੜਨੀ ਪਊਗੀ ਹੁਣ ਇਹ ਤਾਂ ਹੈ ਨਹੀਂ ਇਸ਼ੂ ਤਾਂ ਸਾਰੇ ਹੀ ਚੱਕ ਕੇ ਜਾਣੇ ਪੈਣਗੇ ਉਹ ਉਹਦੇ ਵਿੱਚੋਂ ਪਹਿਲਾਂ ਇੱਕ ਦੋ ਹੱਲ ਹੋਣਗੇ ਫਿਰ ਇੱਕ ਦੋ ਹੋਣਗੇ ਪਰ ਇਹ ਥੋੜੀ ਹੈ ਹੁਣ ਆਚੂ ਸਰਕਾਰ ਕਵੇ ਤੁਹਾਡਾ ਤਾਂ ਇਹ ਇਸ਼ੂ ਹੀ ਨਹੀਂ ਸੀਗਾ ਤੁਸੀਂ ਕਿਉਂ ਆਗੇ ਮੈਂ ਸੰਦੀਪ ਜੀ ਇਹਦੇ ਵਿੱਚ ਦੱਸਦਾ ਵਾਂ ਮੈਂ ਇਸ ਸੰਬੰਧੀ ਜਿਹੜੇ ਕਲੋਨਾਈਜ਼ਰਾਂ ਦੇ ਕੁਝ ਅਹੁਦੇਦਾਰ ਹੈਗੇ ਨੇ ਨਾ ਪੰਜਾਬ ਲੈਵਲ ਦੇ ਉਹਨਾਂ ਨਾਲ ਟੈਲੀਫੋਨਿਕ ਡਿਸਕਸ ਕੀਤੀ ਤੇ ਫਿਜ਼ੀਕਲ ਵੀ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਵੀ ਸਾਡਾ ਮੁੱਦਾ ਜਿਹੜਾ ਹੈਗਾ ਵਾ ਉਹ ਐਨਓਸੀ ਰੈਗੂਲਰਾਈਜੇਸ਼ਨ ਸਰਟੀਫਿਕੇਟ ਈਸ਼ੂ ਕਰਾਉਣਾ ਹੈ ਨਾ ਕਿ ਸਾਨੂੰ ਜਿਹੜੇ ਇਨਲੀਗਲ ਕਲੋਨੀਆਂ ਕੱਟ ਰਹਿ ਉਹਨਾਂ ਦੀ ਮਦਦ ਕਰਨਾ ਹੈ ਸਾਡਾ ਫਰਜ਼ ਬਣਦਾ ਸੀ ਜਿਹੜੇ ਲੋਕ ਪਹਿਲਾਂ 18 ਤੋਂ ਪਹਿਲਾਂ ਜਿੰਨਾ ਵਿਚਾਰਿਆ ਨੇ ਕਿਸੇ ਨੇ 50 ਗੱਜ ਕਿਸੇ ਨੇ 60 ਗੱਜ ਕਿਸੇ ਨੇ 80 ਗੱਜ ਕਿਸ਼ਤਾਂ ਦੇ ਵਿੱਚ ਇਹਨਾਂ ਕੋ ਪਲਾਟ ਖਰੀਦੇ ਨੇ ਉਹ ਅੱਜ ਦੇਖ ਲਓ ਉੱਥੇ ਦਫ਼ਤਰਾਂ ਧੱਕੇ ਖਾ ਰਹੇ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਚਾਹੀਦਾ ਸੀ ਗਲਾਡਾ ਦੇ ਬਾਹਰ ਤਰਨਾ ਮਾਰ ਦੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਭਾਈ ਜਿਹੜੀ ਆਪਣੀ ਤੁਸੀਂ ਪਟੈਂਸੀ ਚੈੱਕ ਕਰੋ ਵੀ ਜਿਹੜੇ ਅਫਸਰ ਨੇ ਮੰਨ ਲਓ ਸਪੋਸ ਕਰੋ ਮੈਂ ਅੱਜ 2 ਸਾਲ ਪਹਿਲਾਂ ਇੱਕ ਅਪਲਾਈ ਕੀਤੀ ਐ ਐਨਓਸੀ ਉਹ ਐਨਓਸੀ ਬਣਾਉਣਾ ਸਰਕਾਰ ਦਾ ਫਰਜ ਸੀ ਮਲਾਜਮਾ ਦਾ ਫਰਜ ਸੀਗਾ ਉਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਸੀ ਮੈਂ ਚਾਹੇ 6 ਮਹੀਨੇ ਲਵਾਂ ਮੈਂ ਸਾਲ ਨੂੰ ਲਵਾਂ ਜਿਹੜੀ 14 15 16 17 18 ਵਾਲੀ ਜਿਹੜੀ ਹੈਗੀ ਐਨਓਸੀ ਉਹ ਤਾਂ ਅਜੇ ਤੱਕ ਕਿਸੇ ਨੂੰ ਮਿਲੀ ਹੋਈ ਨਹੀਂ ਲੜਾਈ ਤਾਂ ਸਾਡੀ ਇਹ ਸੀ ਕਿ ਵੀ ਅਸੀਂ ਜਾ ਕੇ ਲੜੀਏ ਵੀ ਸਰ ਵੀ ਸਾਡੀ ਪਾਲਿਸੀ ਹੈਗੀ ਆ ਸਾਨੂੰ ਪਾਲਿਸੀ ਦੇ ਉੱਪਰ ਦਿਓ ਪਰ ਅਸੀਂ ਤਾਂ ਹੋਰ ਹੀ ਤਰ੍ਹਾਂ ਦੇ ਜਿਹੜੇ 22 ਤੱਕ ਲੋਕਾਂ ਨੀ ਲੀਗਲ ਕਲੋਨੀਆ ਕੱਟਤੀਆਂ ਚਲੋ ਕੱਟਤੀਆਂ ਠੀਕ ਐ ਅੱਜ ਵੀ ਮੈਂ ਨਾਲ ਚੱਲਣ ਪ੍ਰਧਾਨ ਸਾਹਿਬ ਮੈਰੇ ਨਾਲ ਗੱਡੀ 'ਚ ਬੈਠ ਰ ਮੈਂ ਦਿਖਾ ਦੇਣਾ ਅੱਜ ਵੀ ਛੜਕਾਂ ਪੈਣ ਡੀਆਂ ਹੀ ਲੀਗਲ ਕਲੋਨੀ ਦੀਆਂ ਕਿ ਉਹਨਾਂ ਦੀ ਵੀ ਪ੍ਰਧਾਨ ਸਾਹਿਬ ਮੰਗ ਕਰਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਪ੍ਰਧਾਨ ਸਾਹਿਬ ਠੀਕ ਐ ਤੁਸੀਂ ਪ੍ਰਧਾਨ ਹੋ ਪਰ ਕਿਸੇ ਹੱਦ ਤੱਕ ਤੁਸੀਂ ਇੱਕ ਚੀਜ਼ ਹੋਰ ਨੋਟ ਕਰਿਓ ਲੁਧਿਆਣੇ ਦੇ ਵਿੱਚ ਜਿੰਨੀਆਂ ਰੈਗੂਲਾਈਜ਼ ਕਲੋਨੀਆ ਕੱਟੀਆਂ ਗਈਆਂ ਨੇ ਟੋਟਲੀ ਫੇਲ ਹੋਈਆਂ ਨੇ ਇੱਕ ਵੀ ਕੋਈ ਕਾਮਯਾਬ ਦਿਖਾ ਦਿਓ ਮੈਨੂੰ ਵੀ ਕਲੋਨੀ ਜੇ ਕਾਮਯਾਬ ਹੋਈ ਹੋਵੇ ਤਾਂ ਜਿਹੜੀਆਂ ਅਪਰੂਵਡ ਕਲੋਨੀਆਂ ਜਿਹੜੀਆਂ ਸੀਗੀਆਂ ਕੱਟੀਆਂ ਹੋਈਆਂ ਅੱਜ ਤੋਂ ਪਿਛਲੇ ਸਮੇਂ ਦੇ 18 ਤੋਂ ਪਹਿਲਾਂ ਕੱਟੀਆਂ ਗਈਆਂ ਅਪਰੂਵਡ ਉਹ 100% ਉਹ ਬੰਦੇ ਫੇਲ ਹੋਏ ਨੇ ਉਹ ਕਲੋਨੀਆਂ ਫੇਲ ਹੋਈਆਂ ਨੇ ਔਰ ਜਿਹੜੀਆਂ ਇਲੈਗਲ ਕਲੋਨੀਆਂ ਕੱਟੀਆਂ ਹੋਈਆਂ ਨੇ ਉਹ ਦਿਨੋਂ ਦਿਨ ਤੁਸੀਂ ਦੇਖੋ ਕੋਈ ਬੰਦਾ ਕੱਪੜੇ ਦਾ ਵਪਾਰੀ ਹੈ ਉਹ ਕਲੋਨਾਈਜ਼ਰ ਬਣ ਗਿਆ ਕੋਈ ਟਰੈਕਟਰ ਪਾਰਟ ਦਾ ਕੰਮ ਕਰਦਾ ਉਹ ਕਲੋਨਾਈਜ਼ਰ ਬਣ ਗਿਆ ਕਿਉਂਕਿ ਇਹਦੇ ਵਿੱਚ ਧੰਦਲੀ ਬਹੁਤ ਤਕੜੀ ਆ ਵੀ ਸਰਕਾਰ ਨੂੰ ਚੂਨਾ ਕਰੋੜਾ ਰੁਪਈਆ ਦਾ ਲੱਗਦਾ ਜਿਹੜਾ ਬੰਦਾ ਸਾਫ ਸੁਥਰਾ ਕੰਮ ਕਰਨਾ ਚਾਹੁੰਦਾ ਸੀਗਾ ਉਹ ਵੀ ਬੰਦਾ ਅੱਜ ਇਸ ਗਲਤ ਮੰਨੇ ਤੁਰ ਪਿਆ ਵੀ ਜੇਕਰ ਸਰਕਾਰ ਨੂੰ ਕਰੋੜਾ ਰੁਪਈਆ ਭਰਨ ਤੋਂ ਬਾਅਦ ਵੀ ਇਹ ਇਲਲੀਗਲ ਕਲੋਨੀਆ ਗੱਟੀਆਂ ਜਾਣੀਆਂ ਨੇ ਇਲਲੀਗਲ ਕਲੋਨੀਆ ਫੇਰ 2 ਸਾਲ ਬਾਅਦ ਪਾਸ ਹੋ ਜਾਣੀਆਂ ਨੇ ਤੇ ਫਿਰ ਮੈਨੂੰ ਲੀਗਲ ਕਲੋਨੀ ਵਿੱਚ ਕਰੋੜਾ ਰੁਪਈਆ ਜਮ੍ਹਾਂ ਕਰਾ ਕੇ ਪਾਸ ਕਰਾਉਣ ਦੀ ਕੀ ਲੋੜ ਆ ਇਸ ਕਰਕੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਵੀ ਪ੍ਰਧਾਨ ਜੀ ਤੁਸੀਂ ਇਹ ਇਲਲੀਗਲ ਕੰਮ ਕਰਨ ਵਾਲੇ ਬੰਦਿਆਂ ਨੂੰ ਬੜਾਵਾ ਨਾ ਦਿਓ ਉਹਨਾਂ ਦੀ ਪਿੱਠ ਥਪਤ ਪਾਓ ਨਾ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਜੋ ਸਰਕਾਰ ਦੀਆਂ ਹਦਾਇਤਾਂ ਨੇ ਹਦਾਇਤਾਂ ਦੇ ਮੁਤਾਬਕ ਕੰਮ ਕਰੋ ਹੁਣ ਤੁਸੀਂ ਦੇਖ ਲਓ ਇੱਧਰ ਸਾਊਥ ਸਿਟੀ ਵਾਲੀ ਸਾਈਡ ਤੇ ਚਲੇ ਜਾ ਕੋਈ ਬੰਦਾ ਮਾੜਾ ਮੋਟ ਪ੍ਰਾਪਰਟੀ ਡੀਲਰ ਸੀਗਾ ਉਹ ਵੀ ਅੱਜ ਕੋਲੋਨੀਆ ਡਿਵੈਲਪਰ ਬਣ ਗਿਆ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਟਰੈਕਟਰ ਪਾਰਟ ਵਾਲੇ ਬੰਦੇ ਵੀ ਪੰਜ ਪੰਜ 10 10 ਕੋਲੋਨੀਆ ਕੱਟੀ ਫਿਰਦੇ ਨੇ ਠੀਕ ਹੈ ਕਰੋੜਾਂ ਰੁਪਈਆ ਦਾ ਸੀ ਹਰੇਕ ਬੰਨੇ ਚੂਨਾ ਲਾ ਰਹੇ ਆ ਅੱਜ ਤੱਕ ਇਹ ਦੱਸੋ ਪੀ ਜਿੰਨੀਆਂ ਵੀ ਕਲੋਨੀਆਂ ਕੱਟੀਆਂ ਗਈਆਂ ਇਨਲੀਗਲ ਕਲੋਨੀਆਂ ਮੈਨੂੰ 10 ਬੰਦੇ ਕੀ ਛੱਡੋ 5 ਬੰਦੇ ਵੀ ਇੱਕ ਦਿਖਾ ਦੇ ਨਾ ਪੀ ਹਾਂਜੀ ਅਸੀਂ ਆ ਰਿਜੀਨਲ ਜਾਂ ਸਹੀ ਡਾਕੂਮੈਂਟ ਬਣਾ ਕੇ ਉਸ ਕਲੋਨੀ ਦੀ ਅਸੀਂ ਰਜਿਸਟਰੀ ਕਰਾਈ ਆ ਜੀ ਇੱਕ ਵੀ ਦਿਖਾ ਦਿਓ ਰਜਿਸਟਰੀ ਕਿੱਥੋਂ ਹੁੰਦੀ ਆ ਜੀ ਰਜਿਸਟਰੀ ਲੈਂਦੇ ਪਾਵਰ ਆਫ ਅਟਾਰਨੀ ਪਾਵਰ ਆਫ ਅਟਾਰਨੀ ਕੀ ਦੇ ਨਾਂ ਤੇ ਪਾਵਰ ਆਫ ਅਟਾਰਨੀ ਜਿਹੜਾ ਨਾ ਤੇ ਦਫਤਰਾ ਚ ਕੋਈ ਚਾਹ ਪਾਣੀ ਪਿਆ ਰਿਆ ਕੋਈ ਰੋਟੀ ਪਾਣੀ ਬਣਾ ਰਿਆ ਕੋਈ ਸਪਾਈ ਕਰਮਚਾਰੀ ਆ ਉਹਨਾਂ ਦੇ ਨਾਂ ਤੇ ਪਾਵਰ ਆਫ ਅਟਾਰਨੀ ਲਿਆਂ ਜਾਂਦੀਆਂ ਨੇ ਠੀਕ ਹੈ ਜਦ ਕਿ ਕਲੋਨਾਈਜ਼ਰ ਆਪਣੇ ਨਾਮ ਤੇ ਕੁਝ ਵੀ ਨਹੀਂ ਰੱਖ ਪੀਗਾ ਮੈਂ ਲਾਂਬਾ ਸਾਹਿਬ ਨੂੰ ਬੇਨਤੀ ਕਰਦਾ ਵੀ ਲਾਂਬਾ ਸਾਹਿਬ ਪੀ ਆਪਾਂ ਜਿਹੜੀ 18 ਵਾਲੀ ਪਿਛਲਾ ਜਿਹੜਾ ਮਸਲਾ ਹੈਗਾ ਉਹਨੂੰ ਸੁਲਝਾਈਏ ਜਿਹੜੀ ਪਾਲਿਸੀ ਆਈ ਆ ਉਹਦੇ ਵਿੱਚ ਜਿਹੜੇ ਗਰੀਬ ਲੋਕ ਜਿਨ੍ਹਾਂ ਨੇ ਇਹਨਾਂ ਇਨਲੀਗਲ ਕਲੋਨੀਆ ਦੇ ਵਿੱਚ ਪਲਾਟ ਖਰੀਦ ਲੈਨੇ ਉਹਨਾਂ ਨੂੰ ਐਨਓਸੀ ਜਾਰੀ ਕਰਾਈਏ ਮੇਰੀ ਬੇਨਤੀ ਆ ਤੁਹਾਡੇ ਕੋਲੋਂ ਤੇ ਜੇਕਰ ਤੁਸੀਂ ਕਹੋਗੇ ਵੀ ਨਹੀਂ ਜੀ ਅਸੀਂ ਤਾਂ ਜਾ ਕੇ ਹੁਣ ਸਾਨੂੰ 22 ਤੱਕ ਹੀ ਕਰ ਦਿਓ ਅਜੇ ਤਾਂ ਜਿਨ੍ਹਾਂ ਨੇ ਲੋਕਾਂ ਨੇ ਛੜਕਾ ਨਹੀਂ ਪਾਈਆਂ ਅਸੀਂ ਉਹਨਾਂ ਦੀ ਵੀ ਡਿਮਾਂਡ ਕਰੀ ਜਾਂਦੇ ਵੀ ਇਹ ਵੀ ਪਾਸ ਕਰ ਦਿਓ ਲੱਗਦੇ ਹਤ ਫਿਰ ਮੈਂ ਬੇਨਤੀ ਕਰਦਾ ਵਾਂ ਮੈਂ ਇਹ ਜਿਹੜਾ ਤੁਸੀਂ ਚੁੱਕਿਆ ਹੋਇਆ ਕੰਮ ਇਹਦੇ ਅਗੇਂਸਟ ਜਾ ਕੇ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰੂੰਗਾ ਇਹਨਾਂ ਨੂੰ ਵੀ ਚੈਲੰਜ ਕਰੂੰਗਾ ਔਰ ਸਰਕਾਰ ਨੂੰ ਵੀ ਚੈਲੰਜ ਕਰੂੰਗਾ ਪ੍ਰੇਸ਼ਪਾਲ ਜੀ ਐ ਤਾਂ ਨਹੀਂ ਅਸੀਂ ਬਥੇਰੇ ਦੇਖਿਆ ਬਥੇਰੀ ਵਰੀਆਂ ਚੀਜ਼ਾਂ ਦੇਖੀਆਂ ਮੈਂ ਕਹਿੰਦਾ 5-10 ਕਲੋਨੀਆ ਪਾਸ ਹੋ ਜਾਣਗੀਆਂ 2018 ਤੋਂ ਬਾਅਦ ਵਾਲੀਆਂ ਤਾਂ ਕੀ ਫਰਕ ਪੈਂਦਾ ਆਪਾਂ ਆਪਸ ਚ ਨਾ ਨਾ ਲੜੀਏ ਜੇ ਲੜਨਾ ਤਾਂ ਸਰਕਾਰ ਨਾਲ ਲੜੀਏ ਮੈਂ ਸੰਦੀਪ ਜੀ ਇਹ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨਾ ਜੀ ਅੱਜ ਤੋਂ ਕੁਛ ਦਿਨ ਪਹਿਲਾਂ 147 ਕਲੋਨੀਆਂ ਜਿਹੜੀਆਂ ਹੈਗੀਆਂ ਗਲਾਡਾ ਵੱਲੋਂ ਰਿਜੈਕਟ ਕੀਤੀਆਂ ਗਈਆਂ ਨੇ ਜੀ ਠੀਕ ਹੈ ਉਸ ਕਲੋਨੀਆਂ ਦੇ ਵਿੱਚ ਇੱਕ ਵੀ ਕਿਸੇ ਪੰਜਾਬ ਪ੍ਰਧਾਨਤੀ ਜਾਂ ਜ਼ਿਲ੍ਹਾ ਪ੍ਰਧਾਨ ਦੀ ਕਲੋਨੀ ਰਿਜੈਕਟ ਨਹੀਂ ਹੋਈ ਜੀ ਜੋ ਕਿ ਮਾਸਟਰ پلان ਦੇ ਅਕੋਰਡਿੰਗ ਉਲਟ ਬਣੀਆਂ ਹੋਈਆਂ ਨੇ ਜੇਕਰ ਉਹਨੇ ਰਿਕਾਰਡ ਖਲਾ ਕੇ ਦੇਖ ਲੋ ਪਹਿਲੀ ਫੱਟੇ ਹੀ ਉੱਡ ਜਾਣਗੀਆਂ ਤੁਸੀਂ ਇਹ ਗੱਲਾਂ ਕਹਿੰਦੇ ਇਨਲੀਗਲ ਕਲੋਨੀ ਦਾ ਤਾਂ ਆਪਾਂ ਖਹਿੜਾ ਹੀ ਛੱਡਦੀ ਆਪਾਂ ਪਹਿਲਾਂ ਆਪਾਂ ਪਹਿਲਾਂ ਭੱਜਦੇ ਆ ਜੀ ਸਾਡੇ ਕੋਲ ਪਾਣੀ ਨਹੀਂ ਹੈ ਠੀਕ ਹੈ ਜੀ ਸਾਡੇ ਕੋਲ ਪਾਣੀ ਨਹੀਂ ਹੈ ਪਰ ਪਾਣੀ ਦੇ ਵਿੱਚ ਆ ਗਲਾਡਾ ਕਹਿ ਰਿਹਾ ਜੀ ਇਹ ਲਿਸਟਾਂ ਨਾਲ ਦਿੱਤੀਆਂ ਹੋਈਆਂ ਨੇ ਇਹਨਾਂ ਨੇ ਠੀਕ ਹੈ ਇਹ ਦੇ ਮੰਨ ਲਓ ਇੱਕ ਕਲੋਨੀ ਦੇ ਵਿੱਚ ਇਹਨਾਂ ਨੇ ਵਿਲੇ ਬਣਾਤੇ 100 ਵਿਲਾ ਬਣਾਤਾ 100 ਵਿਲਾ ਬਣਾਉਂਦੇ ਨਕਸ਼ੇ ਦੇ ਵਿੱਚ ਤੇ ਇਹਨਾਂ ਨੇ ਦਿਖਾ ਦਿੱਤਾ ਕਿ ਇੱਥੇ ਟਿਊਬਲ ਲਾ ਦਿੱਤਾ ਜੀ ਇੱਥੇ ਐਸਟੀਪੀ ਲਾ ਦਿੱਤਾ ਪਰ ਉਹਦੇ ਵਿੱਚ ਕੀ ਕੀਤਾ ਜੇ 100 ਕੋਠੀ ਬਣੀ ਆ ਨਾ ਜੀ ਤੇ 100 ਕੋਠੀ ਦੇ ਵਿੱਚ 100 ਹੀ ਸਮਰਸੀਬਲ ਲਾਤਾ ਉਹ ਮਤਲਬ ਠੀਕ ਹੈ ਨਾ ਜੀ 100 ਹੀ ਸਮਰਸੀਬਲ ਲਾਤਾ ਤੁਸੀਂ ਇਹ ਗੱਲ ਦੱਸੋ ਕਿ ਇਹ ਜਾਇਜ਼ ਕਲੋਨੀਆਂ ਤਾਂ ਆਪਾਂ ਰੈਗੂਲਾਈਜ਼ ਅਨਰੈਗੂਲਾਈਜ਼ ਉਹ ਤਾਂ ਬਾਅਦ ਦੀ ਗੱਲ ਨਾਲ ਰਹੇਗੀ ਨਾ ਇੱਕ ਅਲੱਗ ਬਿਸ਼ੂ ਰਹਿ ਗਿਆ ਆ ਜਿਹੜਾ ਮਹਿਕਮਾ ਕਹਿ ਰਿਹਾ ਵੀ ਅਸੀਂ ਕਿਸੇ ਵੀ ਕਲੋਨੀ ਨੂੰ ਕੋਈ ਸਬਮਰਸੀਬਲ ਕਰਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਇਹ ਸਹੀ ਹੈਗਾ ਨੇ ਦਿਖਾਓ ਜੀ ਸਭ ਕੁਲ ਮਿਲਾ ਕੇ ਹੁਣ ਤੁਸੀਂ ਕੀ ਕਹਿੰਦੇ ਕਿਉਂ ਮੰਗ ਕੀ ਕਰਦੇ ਮੈਂ ਜੀ ਇਹ ਗੱਲ ਕਹਿਣਾ ਵਾਂ ਮੰਨ ਲਓ ਤੁਸੀਂ ਜੇਕਰ ਕਰਦੇ ਵੀ ਹੈਗੇ ਹੋ ਨਾ ਤੇ 2018 ਤੋਂ ਪਹਿਲਾਂ ਵਾਲੇ ਜਿਹੜੇ ਮਸਲੇ ਹੈਗੇ ਨੇ ਉਹਨਾਂ ਚੀਜ਼ਾਂ ਨੂੰ ਜਾ ਕੇ ਕਰੋ ਔਰ ਨਰੇ ਤੁਹਾਡੇ ਜਿਹੜੇ ਇਹ ਬੰਦੇ ਗਲਤ ਕੰਮ ਕਰਦੇ ਹੈਗੇ ਨੇ ਇਹਨਾਂ ਨੂੰ ਰੋਕੋ ਵੀ ਭਾਈ ਤੁਸੀਂ ਇਨਲੀਗਲ ਕਲੋਨੀਆ ਨਾ ਕਟੋ ਜਦਕਿ ਅਸੀਂ ਇੱਕ ਸਰਕਾਰ ਦੇ ਮੇਨ ਪੰਜਾਬ ਦੇ ਕਲੋਨਾਈਜ਼ਰ ਦੇ ਪ੍ਰਧਾਨ ਹੋਣ ਦੇ ਵਾਤੇ ਅਸੀਂ ਜਿਹੜੇ ਕਰਾਇਮ ਕਰ ਰਹੇ ਨੇ ਬੰਦੇ ਸੰਦੀਪ ਜੀ ਕਰਾਇਮ ਹੈ ਉਹ ਕਹਿੰਦਾ ਪਪਰਾ ਐਕਟ ਦੇ ਵਿੱਚ ਪਰਚਾ ਦਰਜ ਹੁੰਦਾ ਜੀ ਇਹਦਾ 420 ਦਾ ਪਰਚਾ ਦਰਜ ਹੁੰਦਾ ਇਹਦੇ ਵਿੱਚ ਪਰ ਪ੍ਰਧਾਨ ਜੀ ਦੀ ਵੀ ਗੱਲ ਸਮਝੋ ਉਹ ਇਹ ਕਹਿੰਦੇ ਆ ਕਿ ਸਰਕਾਰ 2018 ਦੀ ਪਾਲਿਸੀ ਦੇਹ ਸਾਵਨਾ ਲਈ ਜੇ ਮੰਨ ਲਈਏ ਤਾਂ ਉਹ ਵੀ ਨਹੀਂ ਕਰ ਰਹੀ ਐਨਓਸੀ ਮੈਂ ਵੀ ਤਾਂ ਉਹੀ ਕਹਿ ਰਿਹਾ 2018 ਤੋਂ ਪਹਿਲਾਂ ਵਾਲੀ ਕਿਹੜੀ ਪਾਲਸੀ ਦੇ ਰਹੀ ਹੈ ਫਿਰ ਮੁੱਦੇ ਦਾ ਸਾਰੇ ਚੱਕਨੇ ਪੈਣਗੇ ਨਾ ਜਦੋਂ ਮੀਟਿੰਗ ਮਿਲੇਗੀ ਉਹਨਾਂ ਨੇ ਤਾਂ ਇਹੀ ਕਿਹਾ ਕਿ ਅਸੀਂ ਸੀਐਮ ਨਾਲ ਮੀਟਿੰਗ ਮੰਗ ਰਹੇ ਹਾਂ ਜੀ ਠੀਕ ਹੈ ਹੁਣ ਉਹਦੇ ਵਿੱਚ ਕੰਮ ਤਾਂ ਸਾਰੇ ਲਿਖਨੇ ਪੈਣਗੇ ਉਹ ਕਹਿੰਦੇ ਜੇ ਇਹਨੂੰ ਸੁਧਰਿਆ ਹੋਇਆ ਵਰਜਨ ਉਹ ਇਹ ਨਹੀਂ ਕਹਿ ਰਹੇ ਕਿ ਅਸੀਂ ਇਹਨੂੰ ਨਹੀਂ ਮੰਨਦੇ ਜਾਂ ਕੁਝ ਕਰਦੇ ਉਹ ਇਹ ਕਹਿੰਦੇ ਐ ਕਿ ਅਸੀਂ ਇਹਦਾ ਸੁਧਰਿਆ ਹੋਇਆ ਵਰਜਨ ਕਿਉਂਕਿ ਕੀ ਹੁੰਦਾ ਹੈ ਸਰਕਾਰੀ ਮੰਤਰੀ ਅੰਦਰ ਰੂਮ ਚ ਬੈਠ ਕੇ ਫਟਾਫਟ ਪਾਲਿਸੀ ਬਣਾ ਦਿੰਦੇ ਆ ਉਹ ਪ੍ਰੈਕਟੀਕਲ ਨਹੀਂ ਹੁੰਦੀ ਉਹਨਾਂ ਦੇ ਹਿਸਾਬ ਨਾਲ ਕਿ 2018 ਦੀ ਵੀ ਜਿਹੜੀ ਪਾਲਿਸੀ ਹੈ ਪਾਲਿਸੀ ਹੈਗੀ ਆ ਉਹ ਵੀ ਮੰਨਦੇ ਆ ਉਹ ਕਹਿੰਦੇ ਉਹ ਪ੍ਰੈਕਟੀਕਲ ਨਹੀਂ ਹੈ ਜੇ ਉਹਨੂੰ ਪ੍ਰੈਕਟੀਕਲ ਕਰ ਦਈਏ ਸਰਕਾਰ ਨੂੰ ਵੀ ਫਾਇਦਾ ਹੋਵੇ ਕਾਰੋਬਾਰੀ ਨੂੰ ਵੀ ਫਾਇਦਾ ਹੋਵੇ ਕਿਹੜੇ ਕਾਰੋਬਾਰੀ ਦਾ ਮਨ ਕਰਦਾ ਕਿ ਉਹ ਗਲਤ ਕੰਮ ਕਰੇ ਉਹ ਵੀ ਤਾਂ ਉਹ ਤਾਂ ਉਹਦੇ ਤੇ ਗਾਜ ਤੇ ਐਂਡ ਚ ਫਿਰ ਕਾਰੋਬਾਰੀ ਤੇ ਹੀ ਗਿਰਦੀ ਹੈ ਸੋ ਕਹਿੰਦੇ ਪਾਲਿਸੀ ਸਹੀ ਤਰੀਕੇ ਨਾਲ ਹੋਵੇ ਨਹੀਂ ਤਾਂ 2000 ਬਾ 18 ਛੱਡੋ 2030 ਚ ਵੀ ਇਦਾਂ ਹੀ ਹੋਈ ਜਾਊਗਾ ਕਿ ਜਾਲੀ ਮਤਲਬ ਅਵੈਧ ਕਲੋਨੀਆ ਕੱਟੀ ਜਾਣਗੀਆਂ ਰੁਕੀ ਜਾਂ ਨਹੀਂ ਨਹੀਂ 2000 ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ 2018 ਦੇ ਵਿੱਚ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਵੀ ਜ ਆਪਾਂ ਜਾ ਕੇ ਇਹਨਾਂ ਦੇ ਬੂਹੇ ਅੱਗੇ ਧਰਨਾ ਮਾਰੀਏ ਦੇਖੋ 18 ਤੋਂ ਲੈ ਕੇ ਅੱਜ ਤੱਕ 22 ਹੋ ਗਈ ਪਿਛਲੇ ਸਾਢੇ 3 ਸਾਲ ਤੋਂ ਇੱਕ ਮਿਲ ਨਹੀਂ ਆ ਰਹੇ ਰੈਗੂਲਾਈਜੇਸ਼ਨ ਦੇ ਸਰਟੀਫਿਕੇਟ ਈਸ਼ੂ ਹੋ ਰਹੇ ਨੇ ਲੋਕਾਂ ਨੂੰ ਠੀਕ ਹੈ ਔਰ ਜਿਹੜੇ ਲੋਕਾਂ ਨੂੰ ਨਹੀਂ ਹੋਏ ਅਸੀਂ ਇਹਨਾਂ ਨੂੰ ਤਾਂ ਫੜਦੇ ਹੀ ਨਹੀਂ ਪਏ ਸਰਕਾਰ ਨੂੰ ਜਾ ਕੇ ਜਿਹੜੇ ਲੋਕਲ ਮੁਲਾਜ਼ਮ ਬੈਠੇ ਆ ਉਹਨਾਂ ਨੂੰ ਕੀ ਕਰਦੇ ਸੀ ਕਲੋਨਾਈਜ਼ਰ ਜੇ ਕੋਈ ਚੈੱਕ ਕਰਨ ਆਸਤੇ ਜਾਂਦਾ ਉਹਨੂੰ 50000 ਲੱਖ ਰੁਪਈਆ ਰਿਸ਼ਵਤ ਦਿੰਦੇ ਨੇ ਠੀਕ ਹੈ ਜੀ ਕੱਟ ਲੈਣ ਦਿਓ ਜੀ ਉਹ ਇਹਨਾਂ ਤੋਂ ਪੈਸੇ ਵੀ ਲੈ ਜਾਂਦੇ ਨੇ ਤੇ ਇਹਨਾਂ ਦੇ ਉਲਟ ਜਾ ਕੇ ਉੱਥੇ ਐਫ ਆਈ ਆਰ ਰეკਮੈਂਡ ਕਰਕੇ ਵੀ ਭੇਜ ਦਿੰਦੇ ਨੇ ਫੇਰ ਕਲੋਨਾਈਜ਼ਰ ਜਾ ਕੇ ਪੁਲਸਾ ਲੈਣ ਨੂੰ ਪੈਸੇ ਦਿੰਦੇ ਨੇ ਠੀਕ ਹੈ ਜਿਹੜਾ ਪੈਸਾ ਤੁਸੀਂ ਇਹ ਇਨਲੀਗਲ ਕੰਮ ਕਰਨ ਤੇ ਖਰਚਦੇ ਹੋ ਕੀ ਜੇ ਇਹੀ ਪੈਸਾ ਤੁਸੀਂ ਸਰਕਾਰ ਨੂੰ ਜਮ੍ਹਾਂ ਕਰਾਓ ਯਾ ਇਲਲੀਗਲ ਕੰਮ ਨਾ ਕਰੋ ਪ੍ਰੋਪਰ ਤਰੀਕੇ ਨਾਲ ਨੂੰ ਕਟੋ ਕਲੋਨੀ ਨੂੰ ਤੇ ਕੀ ਲੋੜ ਆ ਸਾਨੂੰ ਇਹੋ ਜੇ ਕੰਮ ਕਰਨ ਦੀ ਜੀ ਠੀਕ ਹੈ ਸਰ ਹੋਰ ਕੁਝ ਕਹਿਣਾ ਚਾਹੋਗੇ ਸਰ ਇਹੀ ਆਗਾ ਵੀ ਮੈਂ ਫਿਰ ਨਿਮਰਤਾ ਸਹਿਤ ਬੇਨਤੀ ਕਰੂੰਗਾ ਪ੍ਰਧਾਨ ਸਾਹਿਬ ਨੂੰ ਵੀ ਪ੍ਰਧਾਨ ਜੀ ਮੇਰੀ ਥੋੜੀ ਕੋਈ ਰਿਕੁਐਸਟ ਆ ਵੀ 18 10 2018 ਤੋਂ ਜਿਹੜੀਆਂ ਕਲੋਨੀਆਂ ਦੇ ਵਿੱਚ ਆਪਣੀ ਹੈਗੀਆਂ ਆਪਾਂ ਉਹਨਾਂ ਦੀ ਗੱਲ ਕਰੀਏ ਆਪਾਂ ਇਹਨਾਂ ਲੋਕਾਂ ਨੂੰ ਨਾ ਹਲਾਸ਼ੇਰੀ ਦਈਏ ਵੀ ਇਹ ਜਿਹੜੇ ਕਲੋਨੀਆਂ ਕੱਟ ਰਏ ਹੈਗੇ ਨੇ ਮੈਂ ਇਹ ਹੀ ਚੀਜ਼ ਛੋਟੀ ਚਾਣਾ 14000 ਕਲੋਨੀਆਂ ਪੰਜਾਬ ਦੇ ਵਿੱਚ ਲਾਂਬਾ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਇਸ ਕੈਮਰਾ ਦੇ ਥਰੂ ਪਿ 14000 ਕਲੋਨੀਆਂ ਕੱਟੀਆਂ ਗਈਆਂ ਨੇ 18 ਤੋਂ ਬਾਅਦ ਤੇ ਮੈਂ ਬੇਨਤੀ ਕਰਦਾ ਮੈਂ ਕਿ 18 ਤੋਂ ਬਾਅਦ 14000 ਕਲੋਨੀਆਂ ਕੱਟੀਆਂ ਨੇ ਕੀ ਉਹ 14000 ਦੇ 14000 ਬੰਦੇ ਕੀ ਉਹ ਸਹੀ ਨੇ ਜਿਨ੍ਹਾਂ ਨੇ ਇਨਲੀਗਲ ਕਲੋਨੀਆਂ ਕੱਟੀਆਂ ਨੇ ਤੇ ਕੀ ਤੁਹਾਡਾ ਫਰਜ ਨਹੀਂ ਬਣਦਾ ਕਿ ਤੁਸੀਂ ਆਪਣੇ ਕਿਸੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਬੰਦੇ ਨੂੰ ਉਹਦੀ ਪਿੱਠ ਥੱਪਤ ਪਾਰ ਰਹੇ ਹੋ ਥੋੜਾ ਫਰਜ ਇਹ ਬਣਦਾ ਸੀ ਤੁਸੀਂ ਉਹਨਾਂ ਨੂੰ ਕਹਿੰਦੇ ਨਾ ਯਾਰ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਇਨਲੀਗਲ ਕਲੋਨੀਆ ਨਾ ਕਟੋ ਵੀ ਸਰਕਾਰ ਦੀ ਪਾਲਿਸੀ ਹੈਗੀ ਫੇਰ ਆਪਾਂ ਕੱਟ ਲਾਂਗੇ ਪਰ ਨਹੀਂ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਤੁਹਾਡੇ ਕੋਲ ਇਹ ਬੇਨਤੀ ਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਗਲਾਡਾ ਦੇ ਬਾਹਰ ਬੈਠੀਏ ਜਿਹੜੀ ਗਲਾਡਾ ਦੇ ਕੋਲ ਜਾ ਕੇ ਆਪਾਂ ਮੰਗ ਕਰੀਏ ਵੀ ਸਾਡੀ ਜਿਹੜੀ ਰੈਗੂਲੇਸ਼ਨ ਪਾਲਿਸੀ ਹੈਗੀ ਆ ਜਿਹੜੇ 18 ਤੋਂ ਪਹਿਲਾਂ ਦੇ ਪਲਾਟਾਂ ਦੀਆਂ ਐਨਓਸੀਸ ਅਪਲਾਈ ਕੀਤੀਆਂ ਹੋਈਆਂ ਨੇ ਉਹਨਾਂ ਦੇ ਜਾ ਕੇ ਆਪਾਂ ਖਿਲਾਫ ਲੜੀਏ ਭਾਈ ਸਾਨੂੰ ਐਨਓਸੀਆਂ ਦਿਓ ਲੋਕ ਪਬਲਿਕ ਖਰਾਬ ਹੋ ਰਹੀ ਹੈ ਠੀਕ ਹੈ ਜੀ ਤੇ ਜਿਹੜੇ ਆਪਾਂ ਇਸ ਚੀਜ਼ ਨੂੰ ਨਾ ਬੜਾਵਾ ਦਈਏ ਮੇਰੀ ਤਾਂ ਇਹੀ ਲੰਬਾ ਸਾਡ ਠੋਟਕੋ ਬੇਨਤੀ ਹੈ थैंक यू ਸਰ थैंक यू ਸੋ ਦੋਸਤੋ ਇਹ ਸਿੱਕੇ ਸਾਡੇ ਨਾਲ ਗਾਬੜੀਆ ਸਾਹਿਬ ਜਿਨ੍ਹਾਂ ਨੇ ਆਰਟੀ ਐਕਟੀਵਿਸਟ ਹੈਗੇ ਆ ਸੋ ਇਹਨਾਂ ਨੇ ਬਹੁਤ ਸਾਰੇ ਇਸ਼ੂ ਚੱਕਿਆ ਔਰ ਇਹਨਾਂ ਨੇ ਸਰੇਮ ਇੱਕ ਨਵਾਂ ਬਿਗੁਲ ਬਜਾ ਦਿੱਤਾ ਹੈ ਕਿ ਜੇ ਜਿਹੜੇ ਹੈਗੇ ਆ ਪੰਜਾਬ ਕਲੋਨਾਈਜ਼ਰਸ ਵਾਲੇ ਪੰਜਾਬ ਸਰਕਾਰ ਤੋਂ ਨਵੀਂ ਮਤਲਬ ਪਾਲਿਸੀ ਮੰਗਣ ਜਾਂਦੇ ਆ ਤਾਂ ਇਹ ਉਹਨਾਂ ਨੂੰ ਚੈਲੰਜ ਕਰਨਗੇ ਸੋ ਜੋ ਸਵਾਲ ਜਵਾਬ ਸਾਡੀ ਸਮਝ ਅਨੁਸਾਰ ਬੰਦੇ ਸੀ ਅਸੀਂ ਇਹਨਾਂ ਨਾਲ ਕੀਤੇ ਫਿਲਹਾਲ ਇਹ ਜਿਹੜਾ ਮਾਮਲਾ ਹੈ ਅਸੀਂ ਜਨਤਾ ਦੀ ਨਜ਼ਰ ਚ ਜਨਤਾ ਦੀ ਇਦਾਲ ਚ ਰੱਖ ਦਿੱਤਾ ਹੈ ਫਿਲਹਾਲ ਕੋਸ਼ਿਸ਼ ਕਰਾਂਗੇ ਕਿ ਇਸ ਮਾਮਲੇ ਦੇ ਵਿੱਚ ਪ੍ਰਧਾਨ ਦਾ ਜਿਹੜਾ ਉਹ ਜਿਹੜਾ ਹੈ ਰਵਈਆ ਹੈ ਉਹ ਵੀ ਦੇਖੀਏ ਜਾਂ ਪ੍ਰਧਾਨ ਦੇ ਥਿਊ ਵੀ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰੀਏ ਦੇਖਦੇ ਰਹੋ ਬਨੇ ਰਹੋ ਜਾਣਦੇ ਰਹੋ ਸ਼ਹੀ ਧੰਨਵਾਦ यदि आपको हमारी यह वीडियो पसंद आई तो हमारे चैनल को लाइक शेयर और सब्सक्राइब करें ऐसी और अपडेट्स देखने के लिए बेल आइकॉन जरूर दबाएं